ਬੋਲੇ ਜਿਹੜਾ ਸਾਰਾ ਦੇ ਬਾਬੇ ਦਾ ਮੂਹੀ ਦੇ ਇੱਕ ਵਾਰੀ ਫਿਰ ਬੋਲ ਸੁਭਾਨ ਬਾਬਾ ਦੇ ਸਾਹਿਬ ਯਾਦਾ ਮੇਰੀ ਛੋਰੀ ਹੈ ਜਿਹਨੇ ਉੱਚੀ ਸੁਭਾਨ ਆਖੀ ਹੈ ਨਾ ਅੱਜ ਰਾਤ ਮੁਹੰਮਦ ਦੀ ਜ਼ਿਆਰਤ ਨਸੀਬ ਸੁਭਾਨ ਜਿਹੜਾ ਹੋਰ ਉੱਚਾ ਬੋਲੇ ਹੈ ਜੀ ਉਹ ਨਾਲ ਮੁਹੰਮਦ ਦੇ ਸਾਹਬਾ ਦੀ ਵੀ ਉਹਨੂੰ ਜ਼ਿਆਰਤ ਸੁਭਾਨ ਤੇ ਜਿਹੜਾ ਹੋਰ ਉੱਚਾ ਬੋਲੇ ਹੈ ਇਹ ਵੀ ਆਪਰੇ ਯਾਦਾ ਨਾਲ ਮੁਹੰਮਦ ਦੇ ਦੁੱਧ ਦੇ ਸੀ जन्म लिया ओदे कोल वजूद ऐसी इलम नहीं सी ये जी मेरी मिसाल भी ये हुई के खतीब दी अदीब दी पेंड वाले चौधरी दी कमी दी यही मिसाल है बल्कि साउंड वाले दी भी यही मिसाल है भी ओने मां दे जिस्म विचो जन्म लिया ओदे कोल वजूद पहले सी इलम बाद सी जन्म लिया दुनिया ते आए वजूद ऐसी इलम नहीं सी इलम साथ साथ दे कोल आके पढ़िया किबला ने पढ़ाया तो जो नसीबा में ऐसी ओ इलम हासिल आया नबी की मिसाल नहीं है नबी ओनू आख्या जाता है जेदे कोल इलम पहले होवे वजूद बाद अल्लाह अल्लाह क्या क्या बाबे आदम तो ले लेते हैं बाबे आदम ने ओ नाम दसे सी जेड़े नाम फरिश्तियां नु नहीं सी आउंदे बाबे कोल इलम है सी बाबे कोल इलम है सी इलम लेके बाबा उतो ही आया सी धंधे नहीं सी पढ़ाया गया बाबा उतो ही नबी बन के आया सी अल्लाह हु अकबर पर आप मैं हाथ पैर करना वहां मेरे नबी पाक की जान दुनिया ते आमद आमद हुई ना किबला करी साहब डोगन साहब सरकार का आपा से चर्चे चर्चा होया क्योंकि जब चर्चा होया तो फिर सारे थरन वाले नहीं सी कोई ठरन आले सी ते कुछ नहीं सी ठरन आले अबू जहल नु एक गल चंगी ना पई ओने ना सारे काफर को इकट्ठा कर लिया ओने आख्या मुहम्मद बिन अब्दुल्ला जड़ा ना ए दिन ब दिन दीन वधाई जांदा है लोगां नु अपने नाल लाई जांदा है कलमा पढ़ाई जांदा है इस्लाम वधाई जांदा है मुहम्मदी बनाई जांदा है उन्हें आख्या रखो हाथ डको इस्लाम वधिया जांदा है कुफर कटिया जांदा है उस टाइम पार्टियां दो सी सैंती आ रहे हो या अबू जहल की पार्टी सी या हुसैन के नाम की पार्टी सुभान अल्लाह हर का फन तो आगे मेरे नबी ने खराब गल की थी जब सारे काले ना सारे अबू जहल वाले पासे देखिया उन्हें क्या तू बड़ा काफर है या सिर्फ छोटे काफर है लिहाजा तेरा भी हक बनता है कुछ मुहम्मद के खिलाफ तू भी गल कर हुन तवज्जो करनी है काफर खड़ा होया और मुहम्मद जैसा मेनू सादक भी नजर नहीं आया मुहम्मद जैसा सादक भी नजर नहीं आया
ਕੋਲ ਹੱਥ ਬੰਨ ਕੇ ਪੁੱਛਣਾ ਚਾਹਨਾ ਜਿਹੜਾ ਮੁਹੰਮਦ ਕਾਫਰਾਂ ਦੇ ਸੇਨਾ ਵਿੱਚ ਇਤਨਾ ਉੱਚਾ ਮਕਾਮ ਰੱਖਦਾ ਹੈ ਉਹ ਸਾਹਬਾਂ ਦੇ ਸੇਨਾ ਵਿੱਚ ਕਿਹਦਾ ਉੱਚਾ ਮਕਾਮ ਸੁਭਾਨ ਅੱਲਾਹ ਜਿਹੜਾ ਕਾਫਰ ਦੇ ਸੇਨਾ ਵਿੱਚ ਐਨਾ ਫਿਰ ਮੁੱਕ ਜਾਏ ਘਰ ਜਾਓ ਅੱਲਾਹ ਕਰੇ ਤੁਹਾਡੀ ਅੱਖ ਲੱਗੇ ਤੇ ਜਿਸ ਰਸੂਲ ਦਾ ਸਿੱਕਾ ਪੇ ਸੁਣਦੇ ਰੱਬ ਸਿਆਰਤ ਨਸੀਬ ਫਰਮਾਏ ਅਗਰ ਸਿਆਰਤ ਨਾ ਵੀ ਹੋਏ ਨਾ ਤੇ ਬੰਦਾ ਇਕੱਲਾ ਬੈਠਾ ਹੋਵੇ ਮੰਜੀ ਤੇ ਤੇ ਸੋਚਾਂ ਵਾਵਾ ਆ ਜਾਂਦੀਆਂ ਨੇ ਵੀ ਮਰ ਵੀ ਪਿਆਦਾ ਸੀ ਕਾਫਰ ਆਖਦਾ ਮੁਹੰਮਦ ਜੈਸਾ ਸਾਦਕ ਵੀ ਕੋਈ ਨਹੀਂ ਮੁਹੰਮਦ ਜੈਸਾ ਅਮੀਨ ਵੀ ਕੋਈ ਨਹੀਂ ਜਿਹੜਾ ਕਾਫਰਾਂ ਦੇ ਸੇਨਾ ਵਿੱਚ ਏਡਾ ਉੱਚਾ ਸੱਚਾ ਮਕਾਮ ਰੱਖਦਾ ਹੈ ਉਹ ਮੁਹੰਮਦ ਅਬੂ ਬਕਰ ਦੇ ਸੇਨਾ ਵਿੱਚ ਕਿਹਦਾ ਉੱਚਾ ਸੁਭਾਨ ਅੱਲਾਹ ਕਿਆ ਕਾਫਰ ਚੌਥੇ ਅਬੂ ਜਾਨ ਵੀ ਮੰਨਦੇ ਸੀ ਵਡੇਰਾ ਵੀ ਮੰਨਦੇ ਸੀ ਵੋਟ ਸ਼ੋਟ ਵੀ ਦਿੰਦੇ ਸੀ ਝੰਡੇ ਵੀ ਚਾਹ ਚੁਣ ਲੈਂਦੇ ਸੀ ਨਾਰੇ ਵੀ ਮਾਰਦੇ ਸੀ ਪਰ ਜਦੋਂ ਅਮਾਨਤ ਰੱਖਣ ਦਾ ਟਾਈਮ ਆਉਂਦਾ ਸੀ ਨਾ ਉਹ ਅਬੂ ਜਾਹਲ ਕੋਲ ਨਹੀਂ ਸੀ ਜਾਂਦੇ ਬਲਕਿ ਹੁਸੈਨ ਦੇ ਨਾਮ ਤੇ ਬੁਲਾਉਂਦੇ ਇੱਕ ਦਿਨ ਦਾ ਕਾਫਰ ਅਮਾਨਤ ਲੈ ਕੇ ਪਿਆਉਂਦਾ ਰਾਹ ਚ ਅਮੀਰੇ ਉਮਰ ਮਿਲ ਪਏ ਜਿਹੜਾ ਉਮਰ ਦੇ ਨਾਮ ਤੇ ਠਹਿਰਿਆ ਇੱਕ ਵਾਰੀ ਫਿਰ ਬੋਲੇ ਸੁਭਾਨ ਅੱਲਾਹ ਅਮੀਰੇ ਉਮਰ ਪਾਕ ਵੇਖਿਆ ਪਤਾ ਕਿਹਨੇ ਦਫਾ ਪਿਆ ਮੈਂ ਉਹਨੇ ਆਖਿਆ ਉਮਰ ਪਰ ਮੈਂ ਚੌਧਰੀ ਤੁਹਾਡਾ ਅਬੂ ਜਾਹਲ ਵਡੇਰਾ ਉਹ ਨਾਰੇ ਉਹਦੇ ਝੰਡੇ ਉਹਦੇ ਅਮਾਨ ਸਾਡੇ ਨਬੀ ਅੱਲ ਉਹਨੇ ਆਖਿਆ ਗੱਲ ਤੇਰੀ ਸੱਚੀ ਹੈ ਅਬੂ ਜਾਹਲ ਸਾਡਾ ਸਰਦਾਰ ਹੈ ਚੌਧਰੀ ਇਹ ਵਡੇਰਾ ਅਮਾਨਤ ਤੁਸੀਂ ਉਹਦੇ ਨਹੀਂ ਰੱਖਦੇ ਪੁੱਛਿਆ ਕਿਉਂ ਨਹੀਂ ਰੱਖਦੇ ਕਾਫਰ ਬੋਲਿਆ ਲੱਗਾ ਸਾਡਾ ਚੌਧਰੀ ਜਿਹੜਾ ਨਾ ਉਹ ਅਮਾਨਤ ਵਿੱਚ ਖਿਆਨਤ ਕਰ ਸਕਦਾ ਹੈ ਮੁਹੰਮਦ ਅਮਾਨਤ ਵਿੱਚ ਖਿਆਨਤ ਨਹੀਂ ਕਰਦਾ ਸਾਦਕ ਦੇ ਅਮੀਨ ਪਤਾ ਕਿਹਦੇ ਸੀ ਰਸੂਲ ਐਬ ਦੇ ਲੋਕਾਂ ਬੜਾ ਮਾਰਿਆ ਰਸੂਲ ਅੱਲਾਹ ਏਡਾ ਮਾਰਿਆ ਆਪਣਾ ਲੈਣ ਪਾਕ ਟੁੱਟ ਗਏ ਵਜੂਦ ਜੋ ਖੂਨ ਪਿਆ ਵਗਦਾ ਸਹੀਦਾ ਦਾ ਨਾਮਾ ਚੇਲਾ ਉਤਾ ਕਰਕੇ ਨਾ ਮੁਸਕਰਾ ਕੇ ਬੋਲਿਆ ਪਰ ਮੈਂ ਤੂੰ ਮੈਂ ਨਾ ਕਿਹਾ ਸੀ ਮੇਰੇ ਬੰਦਿਆਂ ਦੇ ਸਾਹਮਣੇ ਮੇਰਾ ਨਾਮ ਹੈ ਮੈਂ ਲਿਆ ਤੇਰਾ ਨਾਮ ਤੇਰੇ ਬੰਦਿਆਂ ਨੂੰ ਮੇਰਾ ਹਾਲ ਕੀਤਾ ਤੂੰ ਵੇਖੀ ਜਾ ਰਿਹਾ ਅੱਲਾਹ ਫਰਮਾਇਆ ਜਿਬਰੀ ਜੀ ਮਾਲਕ ਜਲਦੀ ਜਾ ਜਾ ਕੇ ਮੇਰੇ ਨਬੀ ਨੂੰ ਮੇਰਾ ਸਲਾਮ ਦੇ ਸੁਣੋ ਸੈਂਤੀ ਆਏ ਹੋ ਨਬੀ ਨੂੰ ਨਹੀਂ ਲੋੜੇ ਜਿਹਨੂੰ ਰੱਬ ਸਲਾਮ ਕਰਦੇ ਸੁਭਾਨ ਸਲਾਮ ਤੋਂ ਬਾਅਦ ਜਿਬਰੀਲ ਆਖਿਆ ਸੋਹਣਿਆ ਤੇਰਾ ਰੱਬ ਪਿਆ ਆਖਦਾ ਹੈ ਇਹਨਾਂ ਮਾਰਿਆ ਤੈਨੂੰ ਮਾਰਿਆ ਮੇਰੀ ਮਦਦ ਤੋਂ ਅਗਰ ਤੂੰ ਆਖੇ ਵਜੋ ਹੈ ਅਗਰ ਤੂੰ ਆਖੇ ਮੁਹੰਮਦ ਮੈਂ ਕਾਫਰ ਸਫੇ ਅਸਲੀ ਤੋਂ ਖਤਮ ਨਾ ਕਰ ਦਿਆ ਸੁਭਾਨ ਅੱਲਾਹ ਅਗਰ ਤੂੰ ਆਖੇ ਇਹਨਾਂ ਨੂੰ ਤੈ ਤੇ ਪਹਾੜਾਂ 'ਚ ਦੇ ਕੇ ਇੰਝ ਪੀ ਦਿਆ ਜਿਵੇਂ ਚੱਕੀ ਦਾਣਿਆਂ ਨੂੰ ਪੀਤੀ ਗਏ ਹੁਣ ਜਿਹੜਾ ਨਾ ਬੋਲਿਆ ਨਾ ਮੈਨੂੰ ਤਕਲੀਫ ਬੜੀ ਹੋਣੀ ਹੈ ਸ਼ੁਕਰੀ ਮੇਰੇ ਨਬੀ ਨਾ ਚਿਹਰਾ ਉਤਾਰ ਕਰਕੇ ਮੁਸਕਰਾ ਕੇ ਬੋਲੇ ਪਰ ਮੈਂ ਜੇ ਇਹਨਾਂ ਨੂੰ ਪੀ ਕੇ ਰੱਖਣਾ ਸੀ ਤੇ ਫਿਰ ਮੈਨੂੰ ਨਬੀ ਬਣਾ